ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਲੈਟਸ ਲਰਨ ਵਿਦ ਹਰਪ੍ਰੀਤ। ਸੋ ਅਸੀਂ ਕਰ ਰਹੇ ਸੀ ਚੈਪਟਰ ਸੈਟਸ ਐਕਸਰਸਾਈਜ਼ 1.4। ਲਾਸਟ ਵੀਡੀਓ ਵਿੱਚ ਅਸੀਂ 6 ਕੁਐਸਚਨ ਤੱਕ ਕਰ ਚੁੱਕੇ ਹਾਂ, ਅੱਜ ਅਸੀਂ 7th ਕੁਐਸਚਨ ਤੋਂ ਕੰਟੀਨਿਊ ਕਰਾਂਗੇ। ਇਸ ਚੈਪਟਰ ਨਾਲ ਰਿਲੇਟਡ ਅਸੀਂ ਜਿੰਨੀਆਂ ਵੀ ਵੀਡੀਓਜ਼ ਕਰ ਚੁੱਕੇ ਹਾਂ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਸੋ ਪਲੀਜ਼ ਤੁਸੀਂ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਣਾ। ਚਲੋ ਕੰਟੀਨਿਊ ਕਰਦੇ ਹਾਂ, ਰੀਡ ਕਰੋ ਕੁਐਸਚਨ ਨੰਬਰ 7 ਕੀ ਕਿਹਾ ਹੋਇਆ। ਕਹਿੰਦੇ ਅਗਰ ਏ ਕੀ ਹੈ, ਸੈੱਟ ਹੈ ਐਕਸ ਸੱਚ ਦੈਟ ਐਕਸ ਇਜ਼ ਏ ਨੈਚੁਰਲ ਨੰਬਰ, ਯਾਨੀ ਕਿ ਸੈੱਟ ਬਣਾ ਲਓ। ਇਹ ਤੁਹਾਨੂੰ ਬਿਲਡਰ ਫੋਰਮ ਦਿੱਤੀ ਹੋਈ ਹੈ, ਸੈੱਟ ਬਿਲਡਰ ਫੋਰਮ, ਤੁਸੀਂ ਉਹਨੂੰ ਕਨਵਰਟ ਕਰ ਲਓ ਰੋਸਟਰ ਫੋਰਮ ਦੇ ਵਿੱਚ, ਠੀਕ ਹੈ। ਸੈੱਟ ਕੀ ਹੈ ਨੈਚੁਰਲ ਨੰਬਰ ਦਾ, ਨੈਚੁਰਲ ਨੰਬਰ 1 ਤੋਂ ਸਟਾਰਟ ਹੁੰਦੇ, ਯਾਨੀ ਕਿ 1, 2, 3, 4 ਅਪ ਟੂ ਸੋ ਓਨ, ਯਾਨੀ ਕਿ ਏ ਸੈੱਟ ਦੇ ਵਿੱਚ ਇਹ ਸਾਰੇ ਐਲੀਮੈਂਟ ਪਏ ਹੋਏ ਨੇ। ਬੀ ਸੈੱਟ ਦੇ ਵਿੱਚ ਕੀ ਨੇ, ਐਕਸ ਸੱਚ ਦੈਟ ਐਕਸ ਇਜ਼ ਏ ਨੈਚੁਰਲ ਨੰਬਰ, ਨੈਚੁਰਲ ਨੰਬਰ ਕਿਹੜੇ ਹੁੰਦੇ ਜਿਹਨਾਂ ਨੂੰ 2 ਇਕੁਅਲ ਪਾਰਟਸ ਅਸੀਂ ਡਿਵਾਈਡ ਕਰ ਸਕਦੇ ਹਾਂ। ਜਿੱਦਾਂ 2 ਆ, 2 ਨੂੰ ਅਸੀਂ ਲਿਖਦੇ ਹਾਂ 1+1, 4 ਨੂੰ ਅਸੀਂ ਲਿਖ ਸਕਦੇ ਹਾਂ 2+2, ਯਾਨੀ ਕਿ 2 ਇਕੁਅਲ ਪਾਰਟਸ ਜਿਹੜੇ ਡਿਵਾਈਡ ਹੋ ਜਾਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਨੈਚੁਰਲ ਨੰਬਰ। ਅਤੇ ਈਵਨ ਤਾਂ ਆਇਆ ਕਿਉਂਕਿ ਇਹ ਈਵਨ ਨੈਚੁਰਲ ਤਾਂ ਆਇਆ ਕਿਉਂਕਿ ਇਹ 1 ਤੋਂ ਸਟਾਰਟ ਹੋ ਰਹੇ ਆ, 2, 4, ਠੀਕ ਹੈ। ਇਹ ਸਾਰੇ ਈਵਨ 'ਚ ਨੈਚੁਰਲ ਦੇ ਹੀ ਪਾਰਟ ਨੇ, ਕਿਉਂਕਿ ਨੈਚੁਰਲ ਸਾਡਾ ਕੀ ਸੀਗਾ, 1, 2, 3 ਅਪ ਟੂ ਸੋਨ, ਠੀਕ ਹੈ। ਅਤੇ ਇਹ ਵੀ ਨੈਚੁਰਲ ਹੀ ਹੈ, ਇਹ ਵੀ ਨੈਚੁਰਲ ਹੀ ਹੈ, ਬਟ ਇਹ ਕੀ ਹੈ, ਈਵਨ ਨੈਚੁਰਲ, ਮਤਲਬ ਈਵਨ ਹੀ ਨੇ ਜਿਹੜੇ, ਉਹ ਸਾਰੇ ਨੈਚੁਰਲ ਨੰਬਰ ਨੇ ਜਿਹੜੇ 2 ਇਕੁਅਲ ਪਾਰਟਸ 'ਚ ਡਿਵਾਈਡ ਹੋ ਜਾਂਦੇ ਆ। ਜਿੱਦਾਂ 1 ਨਹੀਂ ਆ, ਕਿਉਂਕਿ 1, 2 ਇਕੁਅਲ ਪਾਰਟਸ 'ਚ ਡਿਵਾਈਡ ਨਹੀਂ ਹੁੰਦਾ। 3 ਨਹੀਂ ਲਿਆ ਹੀ ਇਹਦੇ ਵਿੱਚ, ਕਿਉਂਕਿ 3 ਵੀ 2 ਇਕੁਅਲ ਪਾਰਟਸ 'ਚ ਡਿਵਾਈਡ ਨਹੀਂ ਹੁੰਦਾ। ਜਿਹੜੇ 2 ਇਕੁਅਲ ਪਾਰਟਸ 'ਚ ਡਿਵਾਈਡ ਹੋ ਜਾਣ, 8 ਵੀ ਹੋ ਜਾਂਦਾ, 4+4, 10, 12, ਠੀਕ ਹੈ, ਜਿਹੜੇ 2 ਇਕੁਅਲ ਪਾਰਟਸ 'ਚ ਡਿਵਾਈਡ ਹੋ ਜਾਣ। ਅਤੇ ਜਿਹੜੇ ਨਾ ਹੁੰਦੇ ਹੋਣ ਇਕੁਅਲ ਪਾਰਟਸ 'ਚ ਡਿਵਾਈਡ, ਉਹਨਾਂ ਨੂੰ ਕੀ ਕਹਿੰਦੇ ਆ, ਔਡ ਨੰਬਰ ਜਾਂ ਔਡ ਨੈਚੁਰਲ ਨੰਬਰਸ, ਯਾਨੀ ਕਿ ਫਿਰ ਸੀ ਸੈੱਟ ਸਾਡਾ ਕੀ ਦਿੱਤਾ ਹੋਇਆ, ਔਡ ਨੈਚੁਰਲ ਨੰਬਰ। ਔਡ ਨੈਚੁਰਲ ਨੰਬਰ ਕੀ ਹੋਣਗੇ, ਜਿਹੜੇ 2 ਇਕੁਅਲ ਪਾਰਟਸ 'ਚ ਡਿਵਾਈਡ ਨਾ ਹੋਣ, ਕਲੀਅਰ ਹੈ ਚੀਜ਼। ਜਾਂ ਕਹਿ ਦਈਏ ਜਿਹੜੇ 2 ਦੇ ਟੇਬਲ ਜਾਂ 2 ਨਾਲ ਡਿਵਾਈਡ ਹੁੰਦੇ ਆ ਅਤੇ ਇਹ 2 ਨਾਲ ਡਿਵਾਈਡ ਨਹੀਂ ਹੁੰਦੇ, ਕਲੀਅਰ ਹੈ। ਅਸੀਂ ਕਹਿ ਦਿੰਦੇ ਹਾਂ ਕਿ ਨੈਚੁਰਲ ਨੰਬਰ ਹੁੰਦੇ ਜਿਹੜੇ 2 ਨਾਲ ਡਿਵਾਈਡ ਹੋ ਜਾਣ, ਠੀਕ ਹੈ। ਅਤੇ ਇਹ ਜਿਹੜੇ ਔਡ ਨੰਬਰ ਨੈਚੁਰਲ ਨਹੀਂ, ਸੋਰੀ, ਅਸੀਂ ਕਹਿੰਦੇ ਹਾਂ ਕਿ ਈਵਨ ਨੰਬਰ ਉਹ ਹੁੰਦੇ ਆ ਜੋ 2 ਨਾਲ ਡਿਵਾਈਡ ਹੋ ਜਾਣ, ਠੀਕ ਹੈ। ਔਡ ਨੰਬਰ ਉਹ ਹੁੰਦੇ ਆ ਜੋ 2 ਨਾਲ ਡਿਵਾਈਡ ਨਾ ਹੁੰਦੇ ਹੋਣ। ਬਟ ਡੈਫੀਨੇਸ਼ਨ ਦੇ ਅਕੋਰਡਿੰਗ ਅਸੀਂ ਐਵੇਂ ਕਹਿੰਦੇ ਹਾਂ ਕਿ ਜੋ ਸਾਡੇ ਈਵਨ ਨੰਬਰ ਹੁੰਦੇ ਆ 2 ਇਕੁਅਲ ਪਾਰਟਸ 'ਚ ਡਿਵਾਈਡ ਹੋ ਜਾਂਦੇ ਆ। ਜਿੱਦਾਂ 1 ਦੇ 2 ਇਕੁਅਲ ਪਾਰਟ ਹੈ, 1+1, 2 ਇਕੁਅਲ ਪਾਰਟ ਹੋ ਗਏ ਨਾ ਇਹਦੇ, ਉਸੇ ਤਰ੍ਹਾਂ 4 ਦੇ ਆ 2+2, ਬਟ ਔਡ ਨੂੰ ਅਸੀਂ 2 ਇਕੁਅਲ ਪਾਰਟਸ 'ਚ ਡਿਵਾਈਡ ਨਹੀਂ ਕਰ ਸਕਦੇ, ਨੈਚੁਰਲ ਤਾਂ ਹੈਗੇ ਹੀ ਨਹੀਂ ਹੈ, ਠੀਕ ਹੈ। ਅੱਗੇ ਆ ਡੀ, ਐਕਸ ਸੱਚ ਦੈਟ ਐਕਸ ਇਜ਼ ਏ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਕੀ ਹੁੰਦਾ, ਜਿਹਦੇ 2 ਹੀ ਫੈਕਟਰ ਹੋਣ, ਇੱਕ 1 ਅਤੇ ਇੱਕ ਉਹ ਖੁਦ, 1 ਐਂਡ ਇਟਸ ਸੈਲਫ, ਨੰਬਰ ਗ੍ਰੇਟਰ ਦੈਨ 1। ਇਹ ਵੀ ਯਾਦ ਰੱਖਿਓ, ਪ੍ਰਾਈਮ ਨੰਬਰ ਜਿਹੜੇ ਆ 1 ਤੋਂ ਗ੍ਰੇਟਰ ਹੁੰਦੇ ਆ, 1 ਕਦੀ ਵੀ ਪ੍ਰਾਈਮ ਨੰਬਰ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਪ੍ਰਾਈਮ ਨੰਬਰ ਉਹ ਹੁੰਦੇ ਆ ਜਿਹੜੇ ਨੰਬਰ ਕੀ ਆ, ਗ੍ਰੇਟਰ ਦੈਨ 1, ਇਹਦੀ ਡੈਫੀਨੇਸ਼ਨ ਹੈ, ਨੰਬਰ ਗ੍ਰੇਟਰ ਦੈਨ 1 ਹੈਵਿੰਗ 2 ਫੈਕਟਰ, 1 ਐਂਡ ਇਟਸ ਸੈਲਫ। ਇੱਕ ਤਾਂ ਉਹਦਾ ਫੈਕਟਰ ਕੀ ਹੋਏ, 1 ਹੋਏ, ਯਾਨੀ ਕਿ ਉਹ 1 ਨਾਲ ਡਿਵਾਈਡ ਹੁੰਦਾ ਹੋਏ, ਤਾਂ ਕੋਈ ਵੀ ਨੰਬਰ ਆਪਣੇ ਆਪ ਨਾਲ ਡਿਵਾਈਡ ਤਾਂ ਹੁੰਦਾ ਹੀ ਆ, ਠੀਕ ਹੈ, ਕਲੀਅਰ ਹੈ। ਜਿੱਦਾਂ ਸਭ ਤੋਂ ਛੋਟਾ ਪ੍ਰਾਈਮ ਨੰਬਰ ਹੈ 2, ਕਿਉਂਕਿ 2 1 ਨਾਲ ਵੀ ਡਿਵਾਈਡ ਹੋ ਜਾਂਦਾ ਔਰ ਇਟਸ ਸੈਲਫ ਨਾਲ ਡਿਵਾਈਡ ਵੀ ਹੋ ਜਾਂਦਾ। 1 ਨੂੰ ਅਸੀਂ ਪ੍ਰਾਈਮ ਨੰਬਰ ਨਹੀਂ ਲੈਂਦੇ, ਕਿਉਂਕਿ ਜਦੋਂ ਅਸੀਂ 1 ਨੂੰ ਪ੍ਰਾਈਮ ਨੰਬਰ ਲੈ ਰਹੇ ਹਾਂ, 1 ਨਾਲ ਡਿਵਾਈਡ ਹੋ ਜਾਂਦਾ ਤਾਂ ਇਟਸ ਸੈਲਫ ਉਹ 1 ਹੀ ਆ ਜਾਏਗਾ। ਬਟ ਜਿਹੜੇ ਦੋਨੇ ਦੇ ਦੋਨੇ ਫੈਕਟਰ ਉਹ ਡਿਸਟਿੰਕਟ ਹੋਣੇ ਚਾਹੀਦੇ, ਇਹਦੇ 1 ਐਂਡ 1 ਦੋਨੇ ਇਕੁਅਲ ਨਹੀਂ ਆ ਗਏ, ਇਕੁਅਲ ਨਹੀਂ ਲੈਣੇ ਅਸੀਂ। ਦੋਨੇ ਦੇ ਦੋਨੇ ਜਿਹੜੇ ਫੈਕਟਰ ਆ, ਪ੍ਰਾਈਮ ਨੰਬਰ ਦੀ ਡੈਫੀਨੇਸ਼ਨ ਹੈ ਐਨ ਗ੍ਰੇਟਰ ਦੈਨ, ਨੰਬਰ ਗ੍ਰੇਟਰ ਦੈਨ 1 ਹੈਵਿੰਗ 2 ਡਿਸਟਿੰਕਟ ਫੈਕਟਰ। ਦੋਨੇ ਫੈਕਟਰ ਕੀ ਹੋਣੇ ਚਾਹੀਦੇ ਆ, ਡਿਸਟਿੰਕਟ ਹੋਣੇ ਚਾਹੀਦੇ, ਇੱਕ 1 ਔਰ ਇੱਕ ਇਟਸ ਸੈਲਫ। 1 ਦੇ ਵਿੱਚ ਤਾਂ 1 ਹੀ ਆ ਜਾਂਦਾ, 1 ਵੀ ਉਹੀ ਹੈ, ਇਟਸ ਸੈਲਫ ਵੀ ਉਹੀ ਆ, ਦੈਟ ਮੀਨ 1 ਜਿਹੜਾ ਆ ਪ੍ਰਾਈਮ ਨੰਬਰ ਨਹੀਂ ਹੈਗਾ। ਔਰ ਸਭ ਤੋਂ ਛੋਟਾ ਪ੍ਰਾਈਮ ਨੰਬਰ ਸਾਡਾ ਕੀ ਹੁੰਦਾ, 2। ਇਹਦੇ ਓਪੋਜ਼ਿਟ ਕੰਪੋਜ਼ਿਟ ਨੰਬਰ ਕਿਹੜੇ ਹੁੰਦੇ ਆ, ਠੀਕ ਹੈ, ਜਿੱਥੇ 2 ਤੋਂ ਜ਼ਿਆਦਾ ਫੈਕਟਰ ਹੋ ਜਾਣਗੇ। ਜਿੱਦਾਂ ਕਿ ਸਭ ਤੋਂ ਛੋਟਾ ਕੰਪੋਜ਼ਿਟ ਨੰਬਰ ਕੀ ਹੈ, 4, ਕਿਉਂਕਿ ਇਹਦਾ 1 ਦੇ ਟੇਬਲ 'ਤੇ ਵੀ ਆਉਂਦਾ, 2 ਦੇ ਟੇਬਲ 'ਤੇ ਵੀ ਆਉਂਦਾ ਔਰ ਇਟਸ ਸੈਲਫ ਹੀ ਆ ਜਾਂਦਾ, ਠੀਕ ਹੈ, ਕਲੀਅਰ ਹੈ। ਇਹ ਸਾਰੀਆਂ ਛੋਟੀਆਂ ਕਲਾਸਿਸ ਦੇ ਕੰਸੈਪਟ ਨੇ। ਸੋਰੀ, ਇੱਥੇ ਆ ਜਾਣਾ 2, 3, 5, 7 ਅਪ ਟੂ ਸੋਨ, ਕਲੀਅਰ ਹੈ ਚੀਜ਼। ਜਿਹੜੇ ਆਪਣੇ ਹੀ ਟੇਬਲ 'ਚ ਆਉਂਦੇ ਆ, ਜਾਂ ਐਵੇਂ ਵੀ ਕਹਿ ਸਕਦੇ ਹਾਂ, ਜਾਂ ਕਹਿ ਦਈਏ ਜਿਹਦੇ 2 ਡਿਸਟਿੰਕਟ ਫੈਕਟਰ ਹੁੰਦੇ ਨੇ, ਠੀਕ ਹੈ, ਕਲੀਅਰ ਆ। ਹੁਣ ਦੇਖੋ ਅੱਗੇ ਤੁਹਾਨੂੰ ਉਹਨਾਂ ਨੇ ਕੁਐਸਚਨ ਕੀ ਪੁੱਟੂ ਕੀਤਾ ਹੋਇਆ। ਕਹਿੰਦੇ ਏ ਇੰਟਰਸੈਕਸ਼ਨ ਡੀ ਕੱਢੋ, ਏ ਇੰਟਰਸੈਕਸ਼ਨ ਬੀ, ਫਸਟ ਪਾਰਟ ਕਿਹਾ ਉਹਨਾਂ ਨੇ ਏ ਇੰਟਰਸੈਕਸ਼ਨ ਬੀ ਨਿਕਾਲੋ, ਸੋਰੀ, ਏ ਇੰਟਰਸੈਕਸ਼ਨ ਬੀ। ਇਹ ਸਾਰੇ ਨੈਚੁਰਲ ਆ, ਸਾਰੇ ਦੇ ਸਾਰੇ ਕੀ ਆ, ਨੈਚੁਰਲ ਆ। ਇਹ ਸਾਰੇ ਦੇ ਸਾਰੇ ਕੀ ਆ, ਈਵਨ ਨੈਚੁਰਲ ਨੰਬਰ, ਯਾਨੀ ਕਿ ਨੈਚੁਰਲ ਦੇ ਵਿੱਚ ਹੀ ਕੌਣ ਪਏ ਹੋਏ ਆ। ਅਗਰ ਵੱਡੇ ਨੈਚੁਰਲ ਆ, ਨੈਚੁਰਲ ਦੇ ਵਿੱਚ ਕੌਣ ਆ, ਈਵਨ ਵੀ ਉਹਦੇ ਵਿੱਚ ਆ ਔਰ ਔਡ ਵੀ ਉਹਦੇ ਵਿੱਚ ਹੈ। ਈਵਨ ਔਰ ਔਡ ਨੂੰ ਮਿਲਾ ਕੇ, ਈਵਨ ਔਰ ਔਡ ਨੂੰ ਮਿਲਾ ਕੇ, ਈ ਫੋਰ ਈਵਨ, ਓ ਫੋਰ ਔਡ, ਠੀਕ ਹੈ, ਉਹਨਾਂ ਨੂੰ ਮਿਲਾ ਕੇ ਦੋਨ ਕੀ ਬਣਦੇ ਆ, ਟੋਟਲ ਨੈਚੁਰਲ ਨੰਬਰ, ਈਵਨ ਔਰ ਔਡ, ਕਲੀਅਰ ਹੈ ਚੀਜ਼। ਇਹਦਾ ਮਤਲਬ, ਇੰਟਰਸੈਕਸ਼ਨ ਦਾ ਮਤਲਬ ਕੋਮਨ, ਕੋਮਨ ਕਿਹੜਾ ਹੈ ਫਿਰ,
आई बी इहदा मतलब इहदे विच कॉमन की होएगा 2 4 6 8 यानी कि नैचुरल और नैचुरल जिसते ईवन नैचुरल जो कॉमन कौन है 2 4 6 8 10 अप टू सोन यानी कि इहदा की होएगा एग्जैक्ट आंसर। उसी तरह ए इंटरसैक्शन सी कढ़ लो, इहदी इंटरसैक्शन करोगे तो छोटा किहड़ा आ ऑड ही ऑड नैचुरल नंबर छोटा क्योंकि उहदे विच सिर्फ ऑड चुके आ, नैचुरल दे विचों किहड़े चुके आ सिर्फ ऑड, जिद्दां इहदे विच नैचुरल दे विचों किहड़े चुके सी सिर्फ ईवन। क्लीयर, ए इंटरसैक्शन सी करोगे, ए इंटरसैक्शन बी करोगे वो बी आ जाएगी, ए इंटरसैक्शन सी करोगे वो की आ जाएगी सी आ जाएगी। उस तरह ए इंटरसैक्शन डी करोगे तो उही की आ जाएगी डी, क्योंकि प्राइम भी छोटे आ सिर्फ उही चुके आ, कंडीशन लगाती ना। नैचुरल किहड़े आ 1 तो स्टार्ट होंदे अप टू सो इन इनफाइनाइट स्टर्म तक जाते हैं, ठीक है। जिहड़े ईवन आ वह 2 यानी कि वह ने जिहड़े 2 पार्ट्स डिवाइड हो जाते हैं, जिहड़े 2 नाल हो जाते हैं, ठीक है। वो यानी कि छोटे हो गए वो नालों, ये भी वह पार्ट हो गया, ये भी वो छोटे हो गए, यानी कि इन दोनों को कंबाइन करा तो साढ़े की आ जाने नैचुरल नंबर्स, ठीक है। ये भी एक छोटा पार्ट है, ये सिर्फ अं वो ले रहे हैं जिन्हें की आ 2 डिस्टिंक्ट फैक्टर्स ने। क्लीयर है चीज़, यदा मतलब जो इंटरसैक्शन करा तो छोटा ही आएगा। क्लीयर है। नैक्सट देखो बी और सी की इंटरसैक्शन, सॉरी रब करता, बी और सी की इंटरसैक्शन, वेट, बी और सी दी इंटरसैक्शन, क्लीयर है। बी और सी दी इंटरसैक्शन हूँ देखो, बी और सी, बी साढ़े को ईवन और सी साढ़े को ऑड, ईवन और ऑड दे विच ते कुछ भी कॉमन नहीं हुंदा क्योंकि ईवन वह होंगे जहाँ जे 2 नाल डिवाइड हो जाते हैं, ऑड वह होंगे जे 2 नाल डिवाइड ही नहीं होंगे, यदा मतलब उन्होंने इंटरसैक्शन की होगी 5। क्लीयर है चीज़, ठीक है। बी च की है सारे ईवन नैचुरल नंबर और सी च की ने ऑड नैचुरल नंबर, इन दोनों के कॉमन कुछ नहीं हों, इस करके इन्हों की इंटरसैक्शन की होगी 5। उस तो बाद है बी इंटरसैक्शन डी, कि बी और डी, बी और डी दे विच भी कॉमन सिर्फ 2 ही होना, ठीक है। बाकी ये सारे उही होंगे कि जिहड़े सिर्फ आप ये डिवाइड नहीं होंगे, 2 इक्वल पार्ट्स डिवाइड ही नहीं होने, इन्हां दे विचों सिर्फ डी हों, प्राइम नंबर दे विचों सिर्फ ईवन प्राइम नंबर जिहड़ा 2 ही होंदा, इहदा मतलब ईवन और इहदे विच सिर्फ कॉमन की आएगा 2 ही आएगा, 2 एक ईवन प्राइम नंबर है, बाकी सारे दे सारे की होंदे आ ऑड। क्लीयर है, प्राइम नंबर बाकी सारे दे सारे ओड होंगे ने, 2 ही एक एवें दा प्राइम नंबर है जिहड़ा ईवन होंदा है, इस करके इन्हां दे विच कॉमन ही सिर्फ की आएगा 2 आएगा, अगे कोई भी जिहड़ा इहदे विच नंबर कॉमन नहीं आएगा, दैट मीन इन्हां दे विच कॉमन की है सिर्फ 2। क्लीयर है। नैक्सट है सी इंटरसैक्शन डी, सी इंटरसैक्शन डी 1 ते आना नहीं, बाकी सारे शायद 1 3 5 7 9 बाकी सारे इहदे विच की होने ने 9 नहीं, बच्चे इहदे विच कॉमन आने आ ऑड 1 3 5 ए प्राइम आएंगे कॉमन, क्योंकि प्राइम जड़े है ये तो छोटे होने हैं, क्योंकि जो तुम ऑड कहोगे ऑड च आ जाना जो 3 2 नाल डिवाइड नहीं होंगे, 1 3 5 7 9 भी आ जाना, ये 11 भी आ जाना, पर 9 ये नहीं आना, ठीक है, 9 क्योंकि प्राइम नहीं है, ठीक है। ऑड वाले सारे आ जाने क्योंकि ऑड छोटे होणगे, इहदे नालों चैक कर लो ना, ऑड की होंगे जो 2 नाल डिवाइड नहीं होंगे, 1 भी नहीं होंगे, 3 5 7 9 11 13 15, ठीक है, सारे 2 नाल डिवाइड नहीं होंगे, बट इधर दे विच देखो 9 भी प्राइम नहीं है, 15 भी प्राइम नहीं है, क्योंकि 15 का एक 1 ना भी डिवाइड हो जाता है, 3 ना भी डिवाइड हो जाता है, 5 ना भी डिवाइड हो जाता है, 15 नाल भी डिवाइड हो जाता, मतलब एक कंपोजिट नंबर है, दैट मीनस इन्हां दे विच छोटा किहड़ा होगा, प्राइम वाला ही छोटा होगा, क्योंकि प्राइम दे विच सिर्फ किहड़े ने छोटे नंबर, इहदा भी की है छोटा पार्ट, यानी कि इहदा भी की है सबसेट है, इहदा सबसेट है, सॉरी डी इज सबसेट ऑफ सी, अगर डी सी का सबसेट है तो इंटरसैक्शन की हुई फिर डी हुई। क्लीयर है, देख लो ये चीज़ मैं करा भी दी है तुम्हें कि ऑड आ वाले होंगे 1 3 5 7 9 11 13 15 अप टू सोन, ये मैं देखा ये तो सारे की सारे प्राइम है 1 3 5 7 बट 9 ये प्राइम नहीं है, यदा मतलब इन्हों फिर अभी कॉमन वाला लैना ना कि जो सारे कॉमन हो ये ने 2 बच्चे इधर नहीं है, कॉमन इन दे आ जाने 3 तो अगे सारी 3 2 नहीं आना कॉमन, सी इंटरसैक्शन डी च कॉमन आ जाना 3 5 7 11 अप टू सोन 2 नू छड़ के, ठीक है, बाकी सारे ये कॉमन आ जाने जोड़े की होणगे प्राइम, ठीक है, क्योंकि 2 की है ईवन आ जाता बट असी ऑड और कॉमन काट रहे। नैक्सट देखो
ਵਿਚ ਆਫ ਦਾ ਫੋਲੋਇੰਗ ਪੇਅਰ ਆਫ ਸੈੱਟ ਆਰ ਡਿਸਜੁਆਇੰਟ? ਡਿਸਜੁਆਇੰਟ ਮੈਂ ਅੱਗੇ ਵੀ ਦੱਸਿਆ ਸੀਗਾ, ਜਿੱਦਾਂ ਅਸੀਂ ਆਈ ਕੀਤਾ ਬੀ ਇੰਟਰਸੈਕਸ਼ਨ ਡੀ ਫਾਈ ਆ ਰਿਹਾ, ਉਹ ਦੋ ਸੈੱਟ ਜਿਨ੍ਹਾਂ ਦੇ ਵਿੱਚ ਕੁਛ ਵੀ ਕੋਮਨ ਨਾ ਹੋਏ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਡਿਸਜੁਆਇੰਟ ਸੈੱਟਸ, ਠੀਕ ਹੈ, ਜਿਨ੍ਹਾਂ ਦੇ ਵਿੱਚ ਕੁਛ ਵੀ ਕੋਮਨ ਨਾ ਆਏ, ਜਿੱਦਾਂ ਈਵਨ ਔਰ ਔਡ ਸੀਗੇ, ਈਵਨ ਔਰ ਔਡ ਦੇ ਵਿੱਚ ਕੋਈ ਵੀ ਐਲੀਮੈਂਟ ਜਿਹੜਾ ਆ ਕੋਮਨ ਨਹੀਂ ਆਉਂਦਾ, ਇਹਦਾ ਮਤਲਬ ਈਵਨ ਔਰ ਔਡ ਨੈਚੁਰਲ ਨੰਬਰ ਕੀ ਹੁੰਦੇ ਨੇ? ਡਿਸਜੁਆਇੰਟ ਹੁੰਦੇ ਨੇ, ਠੀਕ ਹੈ। ਉਸੇ ਤਰ੍ਹਾਂ ਜਿੱਦਾਂ ਤੁਹਾਨੂੰ ਸੈੱਟ ਦਿੱਤਾ ਹੋਇਆ ਹੈ 1, 2, 3, ਇਹਦੇ ਵਿੱਚ ਐਲੀਮੈਂਟ ਕੀ ਪਏ ਹੋਏ ਆ? 1, 2, 3, 1, 2, 3, 4। ਬੀ ਦੇ ਵਿੱਚ ਕੀ ਪਏ ਹੋਣੇ ਆ? ਨੈਚੁਰਲ ਨੰਬਰ ਸੱਚ ਦੈਟ ਕੰਡੀਸ਼ਨ ਦਿੱਤੀ ਹੋਈ ਹੈ, ਜਿੱਦਾਂ ਅਸੀਂ ਪਹਿਲਾਂ ਕਰਦੇ ਸੀ, ਐਸ ਲੈਸ ਦੈਨ ਔਰ ਇਕੁਅਲ ਟੂ 6, ਯਾਨੀ ਕਿ 6 ਔਰ 6 ਤੋਂ ਛੋਟਾ ਹੋਏਗਾ। 6 ਵੈਲਿਊ ਅਸੀਂ ਲੈ ਲੈਣੀ ਪਰ 6 ਤੋਂ ਛੋਟੀ ਛੋਟੀ। ਔਰ ਇੱਕ ਹੋਰ ਕੰਡੀਸ਼ਨ ਦਿੱਤੀ ਹੈ, ਐਕਸ ਗ੍ਰੇਟਰ ਦੈਨ ਔਰ ਇਕੁਅਲ ਟੂ 4 ਹੋਣਾ ਚਾਹੀਦਾ, 4 ਔਰ 4 ਤੋਂ ਜ਼ਿਆਦਾ, ਇਹ ਇਕੁਅਲ ਦਾ ਸਾਈਨ ਹੁੰਦਾ। 4 ਵੀ ਲੈਣਾ ਅਸੀਂ, 5 ਔਰ ਅਪ ਟੂ 6 ਤੱਕ ਹੀ ਜਾਣੇ ਆ, ਯਾਨੀ ਕਿ ਇਹੀ ਨੰਬਰ ਆਉਣਗੇ ਜੇ 4, 5, 6। ਹੁਣ ਇਹਨਾਂ ਦੀ ਇੰਟਰਸੈਕਸ਼ਨ ਕਰ ਦਿਉ। ਡਿਸਜੁਆਇੰਟ ਤੋਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਇਹਨਾਂ ਦੀ ਕੀ ਕਰਨੀ ਆ? ਇੰਟਰਸੈਕਸ਼ਨ ਕਰਨੀ ਆ। ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦੀ ਸਾਈਡਸ ਆਰ ਡਿਸਜੁਆਇੰਟ? ਇਹਦਾ ਮਤਲਬ ਅਸੀਂ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਕਰਨੀ ਆ। ਇੰਟਰਸੈਕਸ਼ਨ ਦੇਖ ਲਓ, ਇੰਟਰਸੈਕਸ਼ਨ 'ਚ ਸਿਰਫ ਐਲੀਮੈਂਟ ਕੀ ਆਇਆ? ਇਹਦੇ ਵਿੱਚ 4 ਆਇਆ, ਦੈਟ ਮੀਨ ਇਹ ਖਾਲੀ ਨਹੀਂ ਹੈਗਾ, ਨੋਟ ਇਕੁਅਲ ਟੂ 5, ਵਿਚ ਇੰਪਲਾਈਜ਼ ਨੋਟ ਡਿਸਜੁਆਇੰਟ। ਇਹ ਦੋਨੇ ਡਿਸਜੁਆਇੰਟ ਨਹੀਂ ਹੈਗੇ, ਬੋਥ ਪੇਅਰਸ ਆਫ ਸੈੱਟ ਆਰ ਨੋਟ ਡਿਸਜੁਆਇੰਟ। ਇਹ ਦੋਨੇ ਦੇ ਦੋਨੇ ਪੇਅਰ ਜਿਹੜੇ ਆ ਡਿਸਜੁਆਇੰਟ ਨਹੀਂ ਹੈਗੇ, ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਕੋਮਨ ਇੱਕ ਐਲੀਮੈਂਟ ਆ ਗਿਆ। ਅਗਰ ਕੋਮਨ ਨਾ ਆਏ ਦੈਟ ਮੀਨ ਇਹ ਕੀ ਹੈ? ਡਿਸਜੁਆਇੰਟ ਹੈ। ਨੈਕਸਟ ਦੇਖੋ, ਇਹਦੇ ਵਿੱਚ ਦਿੱਤੇ ਹੋਏ ਆ ਵੋਵਲਸ ਏ ਈ ਆਈ ਓ ਜੂ, ਇੱਧਰ ਦਿੱਤਾ ਹੈ ਸੀ ਡੀ ਈ, ਇਹਦੇ ਵਿੱਚ ਵੀ ਕੋਮਨ ਕੀ ਆ ਰਿਹਾ? ਈ ਆ ਰਿਹਾ, ਯਾਨੀ ਕਿ ਇਹਨਾਂ ਦੀ ਇੰਟਰਸੈਕਸ਼ਨ ਕਰਾਂਗੇ ਪਹਿਲੇ ਸੈੱਟ ਦੀ, ਇੱਕ ਨੂੰ ਏ ਮੰਨ ਲਓ, ਇੱਕ ਨੂੰ ਬੀ ਮੰਨ ਲਓ, ਇਹਨਾਂ ਦੇ ਵਿੱਚ ਵੀ ਕੋਮਨ ਕੀ ਆ ਰਿਹਾ? ਈ ਆ ਰਿਹਾ, ਇਹ ਵੀ ਡਿਸਜੁਆਇੰਟ ਨਹੀਂ ਹੈਗਾ। ਨੈਕਸਟ ਦੇਖੋ, ਐਕਸ ਸੱਚ ਦੈਟ ਐਕਸ ਇਜ਼ ਏ ਈਵਨ ਨੈਚੁਰਲ ਨੰਬਰ, ਈਵਨ ਇੰਟੀਜਰ। ਐਕਸ ਸੱਚ ਦੈਟ ਐਕਸ ਇਜ਼ ਏ ਈਵਨ ਇੰਟੀਜਰ, ਔਰ ਐਕਸ ਸੱਚ ਦੈਟ ਐਕਸ ਇਜ਼ ਏ ਔਡ ਇੰਟੀਜਰ। ਈਵਨ ਔਰ ਔਡ ਦੇ ਵਿੱਚ ਕੁਛ ਵੀ ਕੋਮਨ ਨਹੀਂ ਹੁੰਦਾ। ਇੰਟੀਜਰ ਮਤਲਬ ਨੈਗੇਟਿਵ ਵੈਲਿਊ ਵੀ ਲੈ ਲੈਣੀ ਆ ਅਸੀਂ। ਅਗਰ -2 ਆ, ਸਾਨੂੰ ਪਤਾ ਨਾ ਈਵਨ ਕੀ ਹੁੰਦੇ ਆ, ਈਵਨ ਨੰਬਰ ਹੁੰਦੇ ਆ 2, 4, 6, 8 ਅਪ ਟੂ ਸੋਨ। ਬਟ ਇੰਟੀਜਰ ਕਹਿ ਦਿੱਤਾ ਤਾਂ ਮਤਲਬ -2 ਵੀ ਲੈਣਾ, -4 ਵੀ ਲੈਣਾ, -6 ਅਪ ਟੂ ਸੋਨ, ਨੈਗੇਟਿਵ ਵੈਲਿਊਜ਼ ਵੀ ਲੈਣੀ, ਯਾਨੀ ਕਿ ਨੰਬਰ ਲਾਈਨ 'ਤੇ ਆ ਜਾਂਦਾ। ਪੋਜ਼ਿਟਿਵ ਵੈਲਿਊਜ਼ ਤਾਂ ਲੈਣੀਆਂ ਲੈਣੀਆਂ ਹੈ, ਪੋਜ਼ਿਟਿਵ ਇੰਟੀਜਰ ਤਾਂ ਲੈਣੇ ਲੈਣੇ ਆ, ਨੈਗੇਟਿਵ ਵੀ ਲੈਣੇ ਆ, ਬਟ ਈਵਨ, ਠੀਕ ਹੈ। ਈਵਨ ਔਰ ਔਡ ਦੇ ਵਿੱਚ ਕੁਛ ਵੀ ਕੋਮਨ ਨਹੀਂ ਹੁੰਦਾ। ਦੈਟ ਮੀਨ ਇਹਨਾਂ ਦੀ ਇੰਟਰਸੈਕਸ਼ਨ ਕੀ ਆ? 5 ਆ। ਇਹਦੀ ਇੰਟਰਸੈਕਸ਼ਨ ਕੀ ਆ ਗਈ? 5। ਏ ਸੈੱਟ ਔਰ ਬੀ ਸੈੱਟ ਦੀ ਇੰਟਰਸੈਕਸ਼ਨ 5 ਆ ਗਈ। ਦੈਟ ਮੀਨਸ ਇਹ ਦੋਨੋਂ ਕੀ ਨੇ? ਡਿਸਜੁਆਇੰਟ ਸੈੱਟਸ। ਕਲੀਅਰ ਆ? ਏ ਔਰ ਬੀ ਆਰ ਡਿਸਜੁਆਇੰਟ ਸੈੱਟਸ। ਨੈਕਸਟ ਦੇਖੋ, ਨੈਕਸਟ ਪਾਰਟ ਆ ਸਾਡਾ 9th। ਇਹਦੇ ਵਿੱਚ ਅਸੀਂ ਡਿਫਰੈਂਸ ਕੱਢਣਾ ਸੀ, ਯੂਨੀਅਨ ਔਰ ਇੰਟਰਸੈਕਸ਼ਨ ਅਸੀਂ ਕਰ ਲਈ ਹੈ। ਹੁਣ ਨੈਕਸਟ ਅਸੀਂ ਦੇਖਾਂਗੇ ਡਿਫਰੈਂਸ ਕਿੱਦਾਂ ਕੱਢਦੇ ਹਾਂ ਕਿਸੇ ਦੋ ਸੈੱਟਸ ਦਾ। ਸਭ ਤੋਂ ਪਹਿਲਾਂ ਏ ਮਾਈਨਸ ਬੀ ਕਰਨਾ ਸੀ। ਏ ਮਾਈਨਸ ਬੀ ਦਾ ਮਤਲਬ ਏ ਦੇ ਵਿੱਚੋਂ ਬੀ ਦੇ ਐਲੀਮੈਂਟ ਕੱਟ ਦੇਣੇ ਨੇ, ਏ ਦੇ ਵਿੱਚੋਂ ਬੀ ਦੇ ਐਲੀਮੈਂਟ। ਬੀ ਦੇ ਵਿੱਚ ਕੀ ਪਿਆ ਹੋਇਆ? 4। ਇਹਦੇ ਵਿੱਚ ਪਿਆ ਹੋਇਆ ਨਹੀਂ। 8 ਇਹਦੇ ਵਿੱਚ ਹੈਗਾ? ਨਹੀਂ ਹੈਗਾ। 12 ਹਾਂ। ਏ ਦੇ ਵਿੱਚੋਂ ਕੱਟਣੇ ਆ ਬੀ ਦੇ ਜੋ ਵੀ ਐਲੀਮੈਂਟ ਹੋਣਗੇ। 16 ਇੱਧਰ ਹੈਗਾ? ਨਹੀਂ ਹੈਗਾ। 20 ਇੱਧਰ ਹੈਗਾ? ਨਹੀਂ ਹੈਗਾ। ਯਾਨੀ ਕਿ ਬੀ ਦਾ ਐਲੀਮੈਂਟ ਇਹਦੇ ਵਿੱਚ ਕਿਹੜਾ ਪਿਆ ਹੋਇਆ ਸੀਗਾ ਸਾਡੇ ਕੋਲ? 12 ਅਸੀਂ ਕੱਟਤਾ, ਬਾਕੀ ਸਾਰੇ ਐਲੀਮੈਂਟ ਇਹਦੇ ਆਪਣੇ ਹੀ ਨਹੀਂ ਹੈ, ਖੁਦ ਦੇ ਨਹੀਂ, ਠੀਕ ਹੈ, ਬੀ ਦੇ ਨਹੀਂ ਨੇ। ਏ ਮਾਈਨਸ ਬੀ ਮਤਲਬ ਏ ਦੇ ਵਿੱਚੋਂ ਬੀ ਦੇ ਐਲੀਮੈਂਟ ਕੀ ਕਰਦੇ ਨੇ? ਅਸੀਂ ਕੱਟ ਕਰਦੇ ਨੇ ਏ ਦੇ ਵਿੱਚੋਂ ਬੀ ਦੇ ਜਿੰਨੇ ਵੀ ਐਲੀਮੈਂਟ ਹੈ। ਬੀ ਦਾ ਸਿਰਫ ਐਲੀਮੈਂਟ ਕੀ ਸੀਗਾ ਇਹਦੇ ਵਿੱਚ ਪਿਆ ਹੋਇਆ? 12, ਉਹਨੂੰ ਅਸੀਂ ਕੱਟਤਾ, ਬਾਕੀ ਜੋ ਬਚ ਗਿਆ ਉਹ ਸਾਡੇ ਕੋਲ ਏ ਮਾਈਨਸ ਬੀ, ਮਤਲਬ ਓਨਲੀ ਏ। ਉਦੋਂ ਵੀ ਸਮਝਾਇਆ ਸੀਗਾ ਓਨਲੀ ਏ, ਇਹ ਹੈ ਨਾ ਏ ਮਾਈਨਸ ਬੀ, ਏ ਆ ਔਰ ਏ ਪੂਰਾ ਦਾ ਪੂਰਾ ਬੀ ਆ, ਇੰਨਾ ਇੰਨਾ ਕੀ ਹੋਏਗਾ? ਏ ਮਾਈਨਸ ਬੀ। ਦੈਟ ਮੀਨ ਇਹਦੇ ਵਿੱਚ ਸਿਰਫ ਔਰ ਸਿਰਫ ਕਿਹਦੇ ਐਲੀਮੈਂਟ ਹੋਣਗੇ? ਏ ਦੇ, ਓਨਲੀ ਏ। ਯਾਨੀ ਕਿ ਇਹ ਕੋਮਨ ਦਾ ਮਤਲਬ ਹੀ ਇਹਦੇ ਵਿੱਚ ਬੀ ਦੇ ਵੀ ਹੈਗੇ ਸੀਗੇ। ਉਸੇ ਤਰ੍ਹਾਂ ਜੇ ਏ ਵਾਲਾ ਏਰੀਆ ਲਵਾਂਗੇ ਇੰਨਾ ਇੰਨਾ ਆਹ ਸਾਰਾ, ਇਹਨੂੰ ਕਹਾਂਗੇ ਬੀ ਮਾਈਨਸ ਏ, ਮਤਲਬ ਓਨਲੀ ਬੀ, ਸਿਰਫ ਬੀ ਦੇ, ਠੀਕ ਆ। ਏ ਦੇ ਵਿੱਚੋਂ ਕੱਟ ਕਰਦੇ ਨੇ ਇੱਧਰ ਵਾਲੇ ਜਿਹੜੇ ਏ ਦੇ ਆ, ਕਿਉਂਕਿ ਇਹ ਏ ਦੇ ਵੀ ਹੈ ਬੀ ਦੇ ਵੀ ਆ, ਯਾਨੀ ਕਿ ਇਹਨਾਂ ਦੀ ਕੀ ਹੈ ਇੰਟਰਸੈਕਸ਼ਨ ਜਿਹੜੀ ਇਹਨਾਂ ਦੇ ਵਿੱਚ ਕੀ ਪਈ ਹੋਈ ਆ? ਕੋਮਨ ਪਈ। ਇਹਦਾ ਮਤਲਬ ਸਾਡੇ ਕੋਲ ਕੀ ਆ ਗਿਆ? 3, 6, 9, 15, 18 ਔਰ 21। ਉਸੇ ਤਰ੍ਹਾਂ ਨੈਕਸਟ ਦੇਖੋ, ਏ ਮਾਈਨਸ ਸੀ, ਮੈਂ ਇੱਥੇ ਤੁਹਾਨੂੰ ਦੱਸ ਦੇਣੀ ਆ, ਏ ਮਾਈਨਸ ਸੀ, ਏ ਦੇ ਵਿੱਚੋਂ ਸੀ ਦੇ ਐਲੀਮੈਂਟ ਕੱਢਦੇ ਨੇ। ਸੀ ਦੇ ਵਿੱਚ ਕੀ ਪਿਆ ਹੋਇਆ? 2, 4, 6, 6 ਸੀ ਦਾ ਸੀਗਾ, ਇਹਦੇ ਵਿੱਚੋਂ ਕੱਟਤਾ। 8 ਨਹੀਂ ਹੈਗਾ। 10, 12 ਸੀ ਦੇ ਵਿੱਚ ਪਿਆ ਹੋਇਆ, ਇਹਦੇ ਵਿੱਚੋਂ ਘੱਟਤਾ। 14, 16 ਹੋਰ ਕੋਈ ਨਹੀਂ ਹੈਗਾ, ਤਾਂ ਮਤਲਬ ਏ ਮਾਈਨਸ ਸੀ ਦੇ ਵਿੱਚ ਕਿਹੜੇ ਐਲੀਮੈਂਟ ਆ ਜਾਣਗੇ? 3 ਜੋ ਇਹਦੇ ਵਿੱਚ ਬਚ ਗਏ ਆ ਸੀ ਦੇ ਕੱਟ ਕੇ। 3, 9, 15, 18 ਔਰ 21। ਕਲੀਅਰ ਹੈ ਚੀਜ਼? ਨੈਕਸਟ ਦੇਖੋ, ਨੈਕਸਟ ਪਾਰਟ, ਨੈਕਸਟ ਕਿਆ ਹੋਇਆ? ਏ ਮਾਈਨਸ ਡੀ। ਹੁਣ ਏ ਦੇ ਵਿੱਚੋਂ ਡੀ ਦੇ ਜੋ ਐਲੀਮੈਂਟ ਇਹਦੇ ਵਿੱਚ ਪਏ ਹੋਏ ਆ ਉਹ ਕੱਟ ਦੇਣੇ ਆ। 15 ਪਿਆ ਹੋਇਆ ਇੱਕ, ਤਾਂ ਸਿੰਪਲ ਦਿਖ ਰਿਹਾ, 15 ਪਿਆ ਹੋਇਆ ਇੱਕ,
ਬਸ 15 ਹੀ ਆ, ਬਾਕੀ ਸਾਰੇ ਐਲੀਮੈਂਟ ਏ ਮਾਈਨਸ ਡੀ, ਮਤਲਬ ਡੀ ਦੇ ਐਲੀਮੈਂਟ ਇਹਦੇ ਵਿੱਚੋਂ ਕੱਟ ਤੇ, ਡੀ ਦਾ ਐਲੀਮੈਂਟ ਕੌਣ ਪਿਆ ਹੋਇਆ ਸੀ ਇਹਦੇ ਵਿੱਚ, ਸਿਰਫ 15 ਪਿਆ ਹੋਇਆ ਸੀਗਾ, ਠੀਕ ਹੈ। ਦੋਨਾਂ 'ਚ ਕਰੋਸ ਮੈਂ ਤਾਂ ਲਗਾ ਰਹੀ ਹਾਂ ਕਿ ਈਜ਼ਲੀ ਤੁਹਾਨੂੰ ਜਿਹੜਾ ਦੇਖ ਜੇ ਏ ਮਾਈਨਸ ਡੀ 'ਚ ਸਿਰਫ ਕਿਹੜੇ ਆ ਜਾਣਗੇ ਜੋ ਓਨਲੀ ਏ ਦੇ ਆ, 1, 3, 6, 9, 12, 18 ਔਰ 21। ਕਲੀਅਰ ਹੈ। ਨੈਕਸਟ ਦੇਖੋ ਸੀ ਮਾਈਨਸ ਏ, ਹੁਣ ਸੀ ਦੇ ਵਿੱਚੋਂ, ਸੀ ਦੇ ਵਿੱਚ ਜਿਹੜੇ ਏ ਦੇ ਐਲੀਮੈਂਟ ਪਏ ਹੋਏ ਨੇ ਉਹ ਕੱਟ ਦੇਣੇ ਆ। ਸੀ ਦੇ ਵਿੱਚ ਏ ਦੇ ਜੋ ਐਲੀਮੈਂਟ ਪਏ ਹੋਏ ਆ, ਸੀ ਦੇ ਵਿੱਚ ਏ ਦੇ ਐਲੀਮੈਂਟ ਕਿਹੜੇ ਕਿਹੜੇ ਪਏ ਹੋਏ ਆ, 6, 6, ਹੋਰ ਕੋਈ ਪਿਆ ਹੋਇਆ ਨਹੀਂ। ਸੀ ਮਾਈਨਸ ਏ ਮਤਲਬ ਸੀ ਦੇ ਵਿੱਚ ਏ ਦੇ ਐਲੀਮੈਂਟ, ਸੀ ਦੇ ਵਿੱਚ ਏ ਦਾ ਐਲੀਮੈਂਟ ਸਿਰਫ 6 ਪਿਆ ਹੋਇਆ, 10, 12 ਵੀ ਪਿਆ ਹੋਇਆ, 12 ਵੀ ਕੱਟਤਾ ਸੀ, ਠੀਕ ਆ, ਹੋਰ ਕੋਈ ਨਹੀਂ ਆ। ਸੀ ਦੇ ਵਿੱਚੋਂ ਏ ਦੇ ਐਲੀਮੈਂਟ ਕੱਟ ਕੇ ਤੇ ਬਾਕੀ ਕਿਹੜੇ ਬਚ ਗਏ, ਓਨਲੀ ਸੀ, ਯਾਨੀ ਕਿ 2, 4, 8, 10, 12, 14 ਔਰ 16। ਕਲੀਅਰ ਆ। ਨੈਕਸਟ ਦੇਖੋ ਡੀ ਮਾਈਨਸ ਏ, ਡੀ ਦੇ ਵਿੱਚੋਂ ਏ ਦੇ ਐਲੀਮੈਂਟ ਕੱਟ ਦੇਣੇ ਆ। ਡੀ ਦੇ ਵਿੱਚ ਜੋ ਏ ਦੇ ਐਲੀਮੈਂਟ ਪਏ ਦੇ ਆ, ਏ ਦਾ ਐਲੀਮੈਂਟ ਸਿਰਫ 15 ਹੀ ਪਿਆ ਸੀਗਾ, 15 ਹੀ, ਸਿਰਫ ਡੀ ਦੇ ਵਿੱਚ ਏ ਦਾ ਕਿਹੜਾ ਐਲੀਮੈਂਟ ਪਿਆ ਹੋਇਆ, 15, ਦੈਟ ਮੀਨਸ ਡੀ ਮਾਈਨਸ ਏ ਸਾਡਾ ਕੀ ਆ ਜਾਏਗਾ, 5, 10 ਔਰ 20। ਕਲੀਅਰ ਹੈ ਚੀਜ਼। ਨੈਕਸਟ ਪਾਰਟ ਬੀ ਮਾਈਨਸ ਸੀ, ਬੀ ਦੇ ਵਿੱਚੋਂ ਸੀ ਦੇ ਜੋ ਐਲੀਮੈਂਟ ਪਏ ਹੋਏ ਨੇ ਉਹ ਕੱਟ ਦੇਣੇ ਆ। ਬੀ ਮਾਈਨਸ ਸੀ ਦਾ ਮਤਲਬ ਬੀ ਦੇ ਵਿੱਚ ਸੀ ਦੇ ਐਲੀਮੈਂਟ ਕਿਹੜੇ ਕਿਹੜੇ ਪਏ ਹੋਏ ਆ, ਇੱਕ 4 ਵੀ ਪਿਆ ਹੋਇਆ, ਇੱਧਰ ਵੀ ਕੱਟ ਕਰੀ ਜਾਓ ਪਤਾ ਲੱਗ ਜਾਏਗਾ, 8 ਵੀ ਪਿਆ ਹੋਇਆ, 8 ਵੀ ਕੱਟਤਾ, 12 ਵੀ ਪਿਆ ਹੋਇਆ, 12 ਵੀ ਕੱਟਤਾ, 16 ਪਿਆ ਹੋਇਆ, 16 ਵੀ ਕੱਟਤਾ, ਸਿਰਫ 20 ਬਚ ਗਿਆ। ਇਹਦਾ ਮਤਲਬ ਬੀ ਮਾਈਨਸ ਸੀ, ਅਸੀਂ ਬੀ ਮਾਈਨਸ ਸੀ ਕੀਤਾ, ਬੀ ਦੇ ਵਿੱਚੋਂ ਸੀ ਦੇ ਸਾਰੇ ਐਲੀਮੈਂਟ ਕੱਟ ਕਰਤੇ, ਜੋ ਬੀ ਦੇ ਬਚ ਗਏ ਉਹ ਕੀ ਆ ਗਿਆ, ਸਿਰਫ ਔਰ ਸਿਰਫ 20। ਕਲੀਅਰ। ਉਸੇ ਤਰ੍ਹਾਂ ਬੀ ਦੇ ਵਿੱਚੋਂ ਡੀ ਦੇ ਸਾਰੇ ਐਲੀਮੈਂਟ ਕੱਟ ਦੇਣੇ ਆ, ਬੀ ਦੇ ਵਿੱਚੋਂ। ਨੈਕਸਟ ਪਾਰਟ ਹੈ ਬੀ ਦੇ ਵਿੱਚੋਂ ਡੀ ਦੇ ਸਾਰੇ ਐਲੀਮੈਂਟ ਕੱਟ ਦੇਣੇ ਆ, ਡੀ ਦਾ ਸਿਰਫ ਇੱਕ 20 ਪਿਆ ਹੋਇਆ, ਸਿਰਫ ਇੱਕ 20 ਪਿਆ ਹੋਇਆ। ਬੀ ਮਾਈਨਸ ਡੀ ਯਾਨੀ ਕਿ ਡੀ ਦੇ ਐਲੀਮੈਂਟ ਕੱਟ ਤੇ ਜੋ ਬਾਕੀ ਬੀ ਬਚ ਗਿਆ ਉਹ ਸਿਰਫ ਕੀ ਆਏਗਾ, 4, 8, 12 ਅਤੇ 16। ਕਲੀਅਰ। ਉਸੇ ਤਰ੍ਹਾਂ ਨੈਕਸਟ ਪਾਰਟ ਵੀ ਅਸੀਂ ਕਰਨੇ ਆ, ਤੁਸੀਂ ਖੁਦ ਜਿਹੜੇ ਆ ਟਰਾਈ ਕਰਿਓ। ਨੈਕਸਟ ਦੇਖਿਓ, ਨੈਕਸਟ ਵਿੱਚ ਸਾਰਾ ਅਸੀਂ ਕੀਤਾ, ਇੱਕ ਵਾਰੀ ਮਾਈਨਸ ਔਰ ਇੱਕ ਵਾਰੀ ਇੰਟਰਸੈਕਸ਼ਨ ਵੀ ਸਮਝਾਇਆ। ਏ ਬੀ ਸੀ ਐਕਸ ਵਾਈ ਦਿੱਤਾ ਹੋਇਆ, ਠੀਕ ਹੈ, ਐਕਸ ਮਾਈਨਸ ਵਾਈ ਦਾ ਮਤਲਬ ਐਕਸ ਦੇ ਵਿੱਚੋਂ ਵਾਈ ਦੇ ਐਲੀਮੈਂਟ ਕੱਟ ਦਿਓ, ਐਕਸ ਦੇ ਵਿੱਚ ਵਾਈ ਦਾ ਐਲੀਮੈਂਟ ਕਿਹੜਾ ਪਿਆ ਹੋਇਆ, ਇੱਕ ਬੀ ਕੱਟਤਾ, ਡੀ ਐਲੀਮੈਂਟ ਪਿਆ ਹੋਇਆ ਕੱਟਤਾ, ਐਕਸ ਮਾਈਨਸ ਵਾਈ, ਐਕਸ ਮਾਈਨਸ ਵਾਈ ਯਾਨੀ ਕਿ ਐਕਸ ਦੇ ਵਿੱਚੋਂ ਵਾਈ ਦੇ ਕੱਟ ਕੇ ਜੋ ਐਕਸ 'ਚ ਬਚ ਗਏ, ਵਾਈ ਕੱਟਤਾ ਸੀ ਐਕਸ ਦੇ ਵਿੱਚੋਂ, ਏ ਅਤੇ ਸੀ ਬਚ ਗਿਆ, ਯਾਨੀ ਕਿ ਇਹ ਕੀ ਆ ਗਿਆ ਤੁਹਾਡੇ ਕੋਲ, ਐਕਸ ਮਾਈਨਸ ਵਾਈ। ਉਸੇ ਤਰ੍ਹਾਂ ਵਾਈ ਮਾਈਨਸ ਐਕਸ, ਵਾਈ ਦੇ ਵਿੱਚੋਂ ਐਕਸ ਦੇ ਵੀ ਅਸੀਂ ਕੱਟਦੇ ਹੋਏ ਆ, ਵਾਈ ਦੇ ਵਿੱਚੋਂ ਐਕਸ ਕੱਢਤਾ ਅਸੀਂ, ਐਕਸ ਕੱਢਤਾ ਔਰ ਜੋ ਵਾਈ ਹੀ ਬਚ ਗਿਆ ਉਹ ਕੀ ਆ ਜਾਏਗਾ ਸਾਡਾ, ਐਫ ਔਰ ਜੀ, ਠੀਕ ਹੈ। ਹੁਣ ਇਹਨਾਂ ਦੀ ਇੰਟਰਸੈਕਸ਼ਨ ਕਰ ਲਓ, ਇੱਕ ਉਹਨਾਂ ਨੇ ਪੁੱਛੀ ਹੋਈ ਹੈ ਐਕਸ ਇੰਟਰਸੈਕਸ਼ਨ ਵਾਈ, ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਯਾਨੀ ਕਿ ਇਹਨਾਂ ਦੇ ਵਿੱਚ ਕੋਮਨ ਕੀ, ਇੱਕ ਬੀ ਔਰ ਡੀ ਆ ਰਿਹਾ, ਬੀ ਔਰ ਡੀ, ਇੱਧਰ ਵੀ ਬੀ ਪਿਆ ਹੋਇਆ, ਡੀ ਪਿਆ ਹੋਇਆ, ਬੀ ਪਿਆ ਹੋਇਆ, ਡੀ ਪਿਆ ਹੋਇਆ। ਕਲੀਅਰ ਆ। ਯਾਨੀ ਕਿ ਇੰਟਰਸੈਕਸ਼ਨ ਆ ਜਾਏਗੀ ਸਾਡੀ ਕੀ, ਬੀ ਔਰ ਡੀ। ਕਲੀਅਰ ਹੈ ਚੀਜ਼। ਨੈਕਸਟ ਦੇਖੋ, ਨੈਕਸਟ ਪਾਰਟ, ਹਾਂ ਸੈਟ ਆਰ, ਇਫ 11th ਪਾਰਟ ਦਿੱਤਾ ਹੋਇਆ ਤੁਹਾਡਾ, ਇਫ ਆਰ ਇਜ਼ ਅ ਸੈੱਟ ਆਫ ਰੀਅਲ ਨੰਬਰ, ਆਰ ਕੀ ਹੈ, ਰੀਅਲ ਨੰਬਰਸ ਦਾ ਸੈੱਟ ਹੈ, ਐਂਡ ਕਿਊ ਇਜ਼ ਅ ਸੈੱਟ ਆਫ ਰੈਸ਼ਨਲ ਨੰਬਰ, ਦੈਨ ਵੱਟ ਇਜ਼ ਆਰ ਮਾਈਨਸ ਕਿਊ। ਆਰ ਕੀ ਹੈ ਤੁਹਾਡਾ, ਰੀਅਲ ਨੰਬਰ। ਰੀਅਲ ਪਤਾ ਕੀ ਹੁੰਦਾ, ਰੀਅਲ ਇੱਕ ਰੈਸ਼ਨਲ ਅਤੇ ਇਰਰੈਸ਼ਨਲ ਦੋਨਾਂ ਨੂੰ ਕੰਬਾਈਨ ਕਰਕੇ ਬਣਿਆ ਹੁੰਦਾ। ਸਭ ਤੋਂ ਵੱਡੇ ਨੰਬਰ ਕੀ ਹੁੰਦੇ ਆ, ਰੀਅਲ ਨੰਬਰ, ਠੀਕ ਆ। ਅਗਰ ਅਸੀਂ ਇਹ ਤੁਸੀਂ ਇਹ ਸਾਰਾ ਦਾ ਸਾਰਾ ਕੰਸੈਪਟ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਹਦੇ ਲਈ ਅਸੀਂ ਅਲੱਗ ਇੱਕ ਬੇਸਿਕ ਜਿਹੜੀ ਹੈ ਵੀਡੀਓ ਬਣਾਈ ਹੋਈ ਹੈ, 10th ਕਲਾਸ ਦੇ, 10th ਕਲਾਸ ਦੀ ਬੇਸਿਕ ਵੀਡੀਓ ਹੈ, ਜਿਹਦੇ ਵਿੱਚ ਅਸੀਂ ਰੀਅਲ ਨੰਬਰਸ ਨੂੰ ਪੂਰਾ ਦਾ ਪੂਰਾ ਐਕਸਪਲੇਨ ਕੀਤਾ ਹੈ ਕਿ ਰੀਅਲ ਨੰਬਰ ਕਿਵੇਂ ਜਿਹੜੇ ਆ ਕੀ ਆਉਂਦਾ ਉਹਦੇ ਵਿੱਚ। ਰੀਅਲ 'ਚ ਮੈਂ ਤੁਹਾਨੂੰ ਐਵੇਂ ਥੋੜ੍ਹਾ ਜਿਹਾ ਦੱਸ ਦੇਣੀ ਹੈ, ਰੈਸ਼ਨਲ ਪਲੱਸ ਇਰਰੈਸ਼ਨਲ ਨੂੰ ਮਿਲ ਕੇ ਕੀ ਬਣਿਆ ਹੁੰਦਾ, ਰੀਅਲ ਨੰਬਰ ਬਣੇ ਹੁੰਦੇ ਆ। ਸਭ ਤੋਂ ਵੱਡੇ ਰੀਅਲ ਹੁੰਦੇ ਆ, ਉਹਦੇ ਵਿੱਚ ਰੈਸ਼ਨਲ ਵੀ ਪਏ ਹੁੰਦੇ ਆ, ਇਰਰੈਸ਼ਨਲ ਵੀ ਪਏ ਹੁੰਦੇ ਆ, ਨੈਚੁਰਲ ਵੀ ਉਹਦੇ ਵਿੱਚ ਹੀ ਹੁੰਦੇ ਆ, ਇੰਟੀਜ਼ਰ ਵੀ ਉਹਦੇ ਵਿੱਚ ਹੀ ਹੁੰਦੇ ਆ, ਠੀਕ ਹੈ। ਸਾਰੇ ਦੇ ਸਾਰੇ ਰੀਅਲ ਨੰਬਰਸ ਦੇ ਵਿੱਚ ਆਉਂਦੇ, ਈਵਨ ਨੰਬਰ, ਔਡ ਨੰਬਰ, ਸਾਰੇ ਦੇ ਸਾਰੇ ਉਹਨਾਂ ਦੇ ਵਿੱਚ ਹੀ ਆਉਂਦੇ ਆ। ਤਾਂ ਜੇ ਆਰ ਮਾਈਨਸ ਕਿਊ ਕਰ ਦਿਓ ਰੀਅਲ ਦੇ ਵਿੱਚੋਂ ਕਿਊ, ਅਸੀਂ ਬਸ ਇਹੀ ਕਰਨਾ, ਰੀਅਲ ਦੇ ਵਿੱਚੋਂ ਰੈਸ਼ਨਲ ਘਟਾ ਦਾਂਗੇ ਤਾਂ ਸਾਡੇ ਕੀ ਬਚ ਜਾਣਗੇ, ਇਰਰੈਸ਼ਨਲ, ਯਾਨੀ ਕਿ ਕੀ ਬਚ ਜਾਣਗੇ, ਇਰਰੈਸ਼ਨਲ, ਕਿਉਂਕਿ ਸਭ ਤੋਂ ਉੱਪਰ ਇਹੀ ਆ ਮੇਨ। ਅਸੀਂ ਜੋ ਕੰਬਾਈਨ ਕੀਤੇ ਸੀ ਨਾ, ਰੀਅਲ ਦੇ ਵਿੱਚ ਆਉਂਦੇ ਆ ਰੈਸ਼ਨਲ ਪਲੱਸ ਇਰਰੈਸ਼ਨਲ, ਰੈਸ਼ਨਲ ਅੱਗੇ ਫਿਰ ਡਿਵਾਈਡ ਹੁੰਦੇ ਆ, ਇਰਰੈਸ਼ਨਲ ਸਿਰਫ ਸਕੇਅਰ ਰੂਟ ਵਾਲੀਆਂ ਟਰਮਾਂ ਹੋ ਜਾਂਦੀਆਂ। ਰੈਸ਼ਨਲ ਦੇ ਵਿੱਚ ਸਾਡੇ ਕੋਲ ਈਵਨ ਵੀ ਆ ਜਾਂਦੇ ਆ, ਔਡ ਵੀ ਆ ਜਾਂਦੇ ਆ, ਨੈਚੁਰਲ ਵੀ ਆ ਜਾਂਦੇ ਆ, ਠੀਕ ਆ, ਹੋਲ ਨੰਬਰ ਵੀ ਆ ਜਾਂਦੇ ਆ, ਸਾਰੇ ਦੇ ਸਾਰੇ ਐਵੇਂ ਹੁੰਦੇ ਆ। ਕਲੀਅਰ ਹੈ, ਠੀਕ ਹੈ। ਉਹਦਾ ਲਿੰਕ ਤੁਹਾਨੂੰ ਮਿਲ ਜਾਏਗਾ, ਤੁਸੀਂ ਉਹ ਵੀ ਵੀਡੀਓ ਦੇਖ ਸਕਦੇ ਹੋ। ਨੈਕਸਟ ਕਿਹਾ ਹੋਇਆ, ਸਟੇਟ ਵੈਦਰ ਈਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਔਰ ਫਾਲਸ, ਜਸਟੀਫਾਈ ਯੂਰ ਆਂਸਰ। ਕਹਿੰਦੇ ਇਹ ਡਿਸਜੁਆਇੰਟ ਆ, ਨਾ, ਕਿਉਂਕਿ ਇਹਨਾਂ ਦੇ ਵਿੱਚ 3 ਕੀ ਹੈ, ਦੋਨਾਂ ਦੇ ਵਿੱਚ ਕੋਮਨ ਆ, ਇਹ ਵੀ ਡਿਸਜੁਆਇੰਟ ਨਹੀਂ ਹੈਗਾ। ਨੋ, ਏ ਈ ਆਈ ਓ ਯੂ, ਇਹਨਾਂ 'ਚ ਕੋਮਨ ਹੈਗਾ ਕੁਛ? ਹਾਂਜੀ, ਇਹਨਾਂ ਦੇ ਵਿੱਚ ਏ ਕੋਮਨ ਪਿਆ ਹੋਇਆ, ਹੋਰ ਕੁਛ ਹੈ ਨਹੀਂ। ਇਹਦਾ ਮਤਲਬ ਇਹ ਵੀ ਡਿਸਜੁਆਇੰਟ ਨਹੀਂ ਹੈਗਾ, ਨੋ, ਠੀਕ ਹੈ। ਟਰੂ, ਇਹ ਕੀ ਹੈ, ਫਾਲਸ, ਫਸਟ ਵੀ ਫਾਲਸ ਹੈ, ਇਹ ਵੀ ਕੀ ਹੈ, ਫਾਲਸ ਹੈ, ਠੀਕ ਹੈ, ਕਿਉਂਕਿ ਡਿਸਜੁਆਇੰਟ ਨਹੀਂ ਹੈਗੇ, ਇਹਨਾਂ ਨੇ ਕਿਹਾ ਸੀ ਇਹ ਡਿਸਜੁਆਇੰਟ ਆ। ਨੈਕਸਟ ਦੇਖੋ, 2, 6, 10, 14, 3, 7, 11,
13 ਇਹ ਡਿਸਜੁਆਇੰਟ ਹੈ, ਇਹ ਦੋਨੋਂ ਕੀ ਹੈ ਡਿਸਜੁਆਇੰਟ, ਇਸ ਕਰਕੇ ਕੀ ਹੈ ਟਰੂ, ਕਿਉਂਕਿ ਇਹਨਾਂ ਦੇ ਵਿੱਚ ਇੰਟਰਸੈਕਸ਼ਨ ਕੀ ਆ 5, ਕੁਛ ਵੀ ਕੋਮਨ ਨਹੀਂ ਹੈਗਾ। 2, 6, 10, 3, 7, 11 ਇਹ ਵੀ ਕੀ ਹੈ ਡਿਸਜੁਆਇੰਟ, ਇਹ ਵੀ ਕੀ ਹੈ ਟਰੂ, ਕਿਉਂਕਿ ਇਹਨਾਂ ਦੀ ਇੰਟਰਸੈਕਸ਼ਨ, ਇੱਥੇ ਲਿਖ ਦੇਣੀ ਮੈਂ ਏ ਇੰਟਰਸੈਕਸ਼ਨ ਬੀ ਕੀ ਹੈ 5, ਏ ਇੰਟਰਸੈਕਸ਼ਨ ਬੀ ਕੀ ਹੈ 5, ਅਗਰ ਤੁਹਾਡਾ ਇਹ ਏ ਸੈੱਟ ਹੈ ਔਰ ਇਹ ਬੀ ਸੈੱਟ ਹੈ, ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਕੀ ਹੈ 5, ਇਹਨਾਂ ਦੋਨਾਂ ਦੇ ਵਿੱਚ ਵੀ ਕੁਛ ਨਹੀਂ ਕੋਮਨ ਹੈਗਾ, ਇਹਨਾਂ ਦੋਨਾਂ ਦੇ ਵਿੱਚ ਵੀ ਕੁਛ ਵੀ ਕੋਮਨ ਨਹੀਂ ਹੈਗਾ, ਯਾਨੀ ਕਿ ਇੰਟਰਸੈਕਸ਼ਨ ਇਹਨਾਂ ਦੀ ਕੀ ਹੈ 5। ਅਗਰ ਇੰਟਰਸੈਕਸ਼ਨ 5 ਹੋਏ ਕਿ ਕਿਸੇ ਦੋ ਸੈੱਟਸ ਦੀ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਦੋ ਜਾਂ ਦੋ ਤੋਂ ਜ਼ਿਆਦਾ ਵੀ ਹੋ ਸਕਦੇ ਆ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਡਿਸਜੁਆਇੰਟ ਸੈੱਟ। ਆਈ ਹੋਪ ਤੁਹਾਨੂੰ ਸਾਰੇ ਦਾ ਸਾਰਾ ਕੰਸੈਪਟ ਕਲੀਅਰ ਹੋ ਗਿਆ ਹੋਗਾ। ਥੈਂਕਸ ਫੋਰ ਵਾਚਿੰਗ, ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਅਵਰ ਚੈਨਲ।